यार इन्हां नूं पता की लगदा वी ओह है नी ਵੀ ਹੁਣ ਆਪਾਂ ਦੇ ਕੁਛ ਨੰਬਰ ਵੀ ਬੋਲੀ ਜਾਈਏ ਪਰ ਨਹੀਂ ਕੁਛ ਭਰਾਵਾ ਵੀ ਬੈਠੇ ਆ ਹਜੇ ਜਿੰਨੀਆਂ ਕਿ ਰੇਟ ਤੁਹਾਡੀਆਂ ਉਹਦੇ ਨਾਲ ਸਾਰਿਆਂ ਦੀਆਂ ਗੱਲਾਂ ਹੋਈਆਂ ਨੇ ਉਹ ਸਾਨੂੰ ਸਾਰੀਆਂ ਪਤਾ ਨੇ ਅਸੀਂ ਉੱਤੇ ਹੀ ਰਹੇ ਆ ਸਾਨੂੰ ਕੱਲੀ ਕੱਲੀ ਗੱਲ ਦਾ ਸਾਡੀ ਦਾ ਜਿੱਥੇ ਸਭ ਉਹਨੇ ਦਾ ਹੁਣ ਤਿੰਨ ਪਤਾ ਪੰਜ ਕਰੀ ਮੈਂ ਇਹਨੂੰ ਸਿੱਧੀ ਗੱਲ ਉਦਣ ਵੀ ਕਹਿਤੀ ਸੀ ਇੱਕ ਗੇਰੀ ਉਹ ਜਿੱਥੇ ਵੀ ਨਿਕਲੂ ਉਹਦੇ ਲਫੇੜੇ ਪੈਣਗੇ ਮੈਂ ਇੰਨੀ ਗੱਲ ਕਲੀਅਰ ਕਹਿਤੀ ਹੁਣ ਉਹਦਾ ਕੋਈ ਤੂੰ ਵੀ ਕਮੈਂਟ ਨਾ ਗੱਲ ਕਰੇਗਾ ਦੱਸ ਦੇ ਵੀ ਹੈ ਇਹਨੂੰ ਜਦੋਂ ਸਿੱਧੂ ਦਾ ਤੇ ਇਹਦਾ ਨਸੀਬ ਦਾ ਸੁਲਤਾਨ ਉਹਨਾਂ ਨਾਲ ਰੌਲਾ ਪਿਆ ਹਾਂ ਸਿੱਧੂ ਨੇ ਇਹਦੇ ਵਿੱਚ ਪਹਿਲਾਂ ਹੀ ਕਹਿ ਲਓ ਪੰਜਾਬ 'ਚ ਬਹੁਤ ਕੁਛ ਚੱਲੀ ਜਾਂਦਾ ਤੁਹਾਨੂੰ ਪਤਾ ਹੀ ਆ ਉੱਥੇ ਲੋਕ ਕਿੱਡੇ ਤੰਗ ਆ ਕਿਹੋ ਜਿਹਾ ਮਾਹੌਲ ਚੱਲ ਰਿਹਾ ਹਨਾ ਕੀ ਸਿਸਟਮ ਚੱਲ ਰਿਹਾ ਤਾਂ ਕਰਕੇ 3-4 ਦਿਨ ਦਾ ਮੈਂ ਦੇਖੀ ਜਾਂਦਾ ਸੀ ਉਹ ਚੀਜ਼ ਤੇ ਨਹੀਂ ਕੁਛ ਬੋਲੇ ਸੀ ਵੀ ਯਾਰ ਠੀਕ ਆ ਆਪੇ ਕਰ ਕਰਾ ਕੇ ਹਟ ਜੂ ਠੀਕ ਆ ਆਪਾਂ ਵੀ ਵਧੀਆ ਨੀ ਲੱਗਦੇ ਹਲੇ ਮਾਹੌਲ ਵੀ ਲੋਕ ਪਹਿਲਾਂ ਹੀ ਤੰਗ ਨੇ ਉੱਥੇ ਆਪਾਂ ਆਪ ਦਾ ਉਹ ਲੈ ਕੇ ਬਹਿ ਜਾਈਏ ਬਣੇ ਪਏ ਨੇ ਤੇ ਪਰ ਹੁਣ ਗੱਲ ਕੀ ਆ ਇਹ ਯਾਰ ਇੰਨਾ ਕੁ ਬੰਦਿਆਂ ਨੂੰ ਤੰਗ ਕਰ ਦਿੰਦੇ ਆ ਠੀਕ ਨੀ ਗੱਲ ਬਈ ਸਾਲਾ ਇੰਨੀ ਕਚੀਚੀ ਆਉਂਦੀ ਆ ਇਹਨਾਂ ਤੇ ਨਾ ਵੀ ਇਹ ਲਫੇੜੇ ਖਾਣ ਵਾਲੇ ਕੰਮ ਆਪ ਕਰਦੇ ਆ ਸਭ ਤੋਂ ਪਹਿਲੀ ਗੱਲ ਠੀਕ ਆ ਯਾਰ 7500 ਆ ਕੋਈ ਬੰਦੇ ਆਪਾਂ ਕਿੰਨੇ ਕੁ ਨੂੰ ਬੋਲਦੇ ਆ ਯਾਰ ਬਰੀ ਤਾਂ ਆਪਾਂ ਨੂੰ ਕਿਸੇ ਨਾਲ ਕੋਈ ਦਿੱਕਤ ਹੀ ਨੀ ਯਾਰ ਆਪਦਾ ਜਿਹੜਾ ਕੋਈ ਮਰਜ਼ੀ ਕਰੋ ਕਿਸੇ ਨੂੰ ਕੋਈ ਮਾੜਾ ਨੀ ਕੋਈ ਚੰਗਾ ਨੀ ਹੁਣ ਇਹਦੀ ਇੰਟਰਵਿਊ ਮੈਂ ਇਸੇ ਚੱਕਰ 'ਚ ਇੰਟਰਵਿਊ ਨੀ ਸੁਣੀ ਸੀ ਮੈਨੂੰ ਪਤਾ ਵੀ ਜਿੱਦਣ ਮੈਂ ਇੰਟਰਵਿਊ ਸੁਣੀ ਇਹਦੇ ਤੇ ਇੱਕ ਚੀਚੀ ਆਊ ਮੇਰੇ ਮੂਹਰੇ ਕਲਿੱਪ ਵੀ ਆਉਂਦੀ ਸੀ ਨਾ ਮੈਂ ਉਹਨੂੰ ਗਾਂਹ ਕਰ ਦਿੰਦਾ ਮੈਂ ਵੀ ਇਹੀ ਕੀਤਾ 2-3 ਦਿਨ ਹਾਂ ਪਰ ਉਹ ਹੁਣ ਜਦੋਂ ਫਿਰ ਕਹਿ ਲੈਂਦਾ ਬਾਅਦ ਵੀ ਮੈਂ ਪਤਾ ਕਿੱਥੋਂ ਦੇਖੀ ਅਬਰਾਹਿਮਪੁਰੀ ਇਹਨੇ ਸਟੋਰੀਆਂ ਪਾਈਆਂ ਹੋਈਆਂ ਸੀ ਉਹ ਮੈਂ ਦੇਖ ਲਈਆਂ ਉਦੋਂ ਬਾਅਦ ਤਾਂ ਫਿਰ ਮਹਾ ਯਾਰ ਇਹ ਬਾਲਾ ਹੀ ਨੀ ਵੀ ਜ਼ਿਆਦੇ ਉਹ ਫਿਰ ਮੈਂ ਸਰਚ ਕਰਕੇ ਦੇਖੀ ਉਹ ਵੀ ਕੀ ਬੋਲਿਆ ਇਹਦਾ ਬਹੁਤ ਜ਼ਿਆਦੇ ਬਕਵਾਸ ਕਰ ਰਿਹਾ ਮੈਂ ਇਹ ਗੱਲ ਕਹਿਣਾ ਉਹਨੂੰ ਤੂੰ ਤੂੰ ਗੱਲ ਦੇਖਿਆ ਉਹ ਕਿਵੇਂ ਕਰ ਰਿਹਾ ਉਹਦੇ ਚ ਮੈਂ ਕਿਹਾ ਬਾਈ ਮੈਂ ਇੱਥੇ ਮੈਂ ਉੱਥੇ ਯਾਰ ਅਸੀਂ ਤੈਨੂੰ ਭੁੱਲੇ ਆ ਕਿ ਤੇਰੇ ਕੰਮਾਂ ਨੂੰ ਕਿ ਤੇਰੀ ਵੇ ਆਫ ਟਾਕ ਨੂੰ ਭੁੱਲੇ ਆ ਵੀ ਤੂੰ ਕਿਵੇਂ ਗੱਲ ਕਰਦਾ ਹੁੰਦਾ ਸੀ ਤੇ ਅੱਜ ਤੂੰ ਕਿਵੇਂ ਗੱਲ ਕਰ ਰਿਹਾ ਅਸੀਂ ਤੈਨੂੰ ਭੁੱਲੇ ਆ ਐਡੀਆਂ ਲੰਡੂ ਹਰਕਤਾਂ ਕਰੀਆਂ ਨੇ ਮਤਲਬ ਮੇਰੇ ਸਮਝੋਂ ਬਾਹਰ ਆ ਵੀ ਯਾਰ ਇੱਕ ਨੋਰਮਲ ਬੰਦਾ ਜਿਹਦਾ ਦਿਮਾਗ ਸੈੱਟ ਆ ਪਹਿਲੀ ਗੱਲ ਉਹ ਇਹੋ ਜਿਹੀ ਬਕਵਾਸਬਾਜੀ ਕਰਦਾ ਨੀ ਨੰਬਰ ਕੁੱਟ ਰਿਹਾ ਨਜਾਇਜ਼ ਉਹ ਕਰ ਰਿਹਾ ਤੇਰਾ ਬਰਸ ਤੈਨੂੰ ਯਾਰ ਜਾਣਦਾ ਕੌਣ ਆ ਇਹਨੂੰ ਐਂ ਤਾਂ ਪੁੱਛ ਲੈ ਟੱਬਰ ਕਹਿ ਵੀ ਤੇਰਾ ਓਲਡ ਸਕੂਲ ਦਾ ਤੂੰ ਉਦੋਂ ਪਹਿਲਾਂ ਮਿਲਿਆ ਕਿਵੇਂ ਸੀ ਇਹਨੂੰ ਐਂ ਤਾਂ ਦੱਸ ਦੇ ਤੂੰ ਮਿਲਣ ਤੋਂ ਪਹਿਲਾਂ ਕੀ ਕਹਿੰਦਾ ਹੁੰਦਾ ਸੀ ਹਾਂ ਉਹੀ ਤਾਂ ਮੈਂ ਗੱਲ ਕਰ ਰਿਹਾ ਮਿਲ ਕੇ ਆਇਆ ਪਹਿਲੇ ਦਿਨ ਜਦੇ ਵਿੱਚੇ ਪਹਿਲੇ ਦਿਨ ਮਿਲ ਕੇ ਗਿਆ ਨਾ ਆਪਦੇ ਨਾਲ ਦੇ ਨੂੰ ਅੱਜ ਮੈਂ ਬਾਈ ਨੂੰ ਮਿਲਿਆ ਮੈਂ ਅੱਜ ਐਂ ਕੀਤਾ ਮੈਨੂੰ ਸਿੱਧੂ ਬਾਈ ਨੇ ਗੱਡੀ 'ਚ ਬਿਠਾ ਕੇ ਗਾਣੇ ਸੁਣੇ ਐਂ ਕਰਿਆ ਐਂ ਕਰਿਆ ਉਹੀ ਮੈਂ ਹੁਣ ਗੱਲਾਂ ਕਰਦਾ ਵੀ ਮੈਂ ਤਾਂ ਆਇਆ ਮੈਨੂੰ ਸਿੱਧੂ ਨੇ ਬੀਟ ਭੇਜਤੀ ਮੈਨੂੰ ਕਹਿੰਦਾ ਇੱਥੇ ਗਾਣਾ ਲਿਖ ਦੇ ਮੈਂ ਲਿਖਤਾ ਮੈਂ ਤਾਂ ਕਦੇ ਗਾਣਾ ਸੁਣਿਆ ਨੀ ਉਹ ਰਹਿਣ ਦੇ ਉਦੋਂ ਇਹਨੇ ਕੀ ਕੁਛ ਕੀਤਾ ਕਿਵੇਂ ਇਹਨੇ ਗੱਲਬਾਤ ਕਰੀ ਆ ਕਿਵੇਂ ਇਹ ਬੋਲਿਆ ਕਿਵੇਂ ਹੋਰ ਚੀਜ਼ਾਂ ਸੀ ਮੈਂ ਸਾਰਾ ਦੇਖਿਆ ਥੋੜੀ ਜੀ ਆਪਦੇ ਆਪ ਚ ਉਹੀ ਈਗੋ ਹੁਣ ਵੀ ਮੈਂ ਪਤਾ ਨੀ ਬਹੁਤ ਘੈਂਟ ਆ ਸਟਾਰ ਆ ਉਹ ਭਰਾਵਾ ਸਾਨੂੰ ਪਤਾ ਤੂੰ ਕਿੱਡਾ ਕਿ ਸਟਾਰ ਆ ਬਾਈ ਕਹਿੰਦਾ ਪ੍ਰੇਮ ਜਾਂ ਨਸੀਬ ਨਹੀਂ ਬਾਈ ਫਿਲਹਾਲ ਇੱਥੇ ਨਸੀਬ ਦੀ ਗੱਲ ਹੋ ਰਹੀ ਹੈ ਪ੍ਰੇਮ ਦਾ ਵੀ ਬਾਈ ਕੋਈ ਨਹੀਂ ਦੱਸਾਂਗੇ ਸਾਰਿਆਂ ਦਾ ਹੀ ਦੱਸਾਂਗੇ ਹੁਣ ਕਿਸੇ ਗੇਮ ਗੱਪੇ ਚ ਹੈ ਹੀ ਨਹੀਂ ਤੂੰ ਹੀ ਫੀਲਿੰਗ ਲਈ ਜਾਂਦਾ ਭਰਾਵਾ ਤੈਨੂੰ ਜਾਣਦਾ ਕੌਣ ਆ ਤੇਰਾ ਸਿਸਟਮ ਕੀ ਆ ਠੀਕ ਤੂੰ ਤੈਨੂੰ ਜੇ ਕਿਸੇ ਭੁੱਲ ਗਏ ਸੀ ਲੋਕ ਭੁੱਲ ਗਏ ਸੀ ਵੀ ਚੱਲ ਵੀ ਸਿੱਧੂ ਦਾ ਇਹਦੇ ਨਾਲ ਕੋਈ ਉਹ ਸੀ ਚੰਗਾ ਇਹਨੂੰ ਹੋ ਗਿਆ ਸੀ ਬਾਤ ਕਰੀ ਪਰ ਉਹੀ ਫੀਲਿੰਗ ਲਈ ਜਾਂਦਾ ਹੁਣ ਜਿਆਦੇ ਲੈ ਗਿਆ ਆਪ ਹਮੇ ਥੋੜਾ ਜਿਹਾ ਭਾਲਦਾ ਸੀ ਦਿੱਕਤ ਨਹੀਂ ਸੀ ਵੀ ਯਾਰ ਠੀਕ ਹੈ ਕਰਾ ਲਿਆ ਵੀ ਕੋਈ ਚੱਕਰ ਨਹੀਂ ਹੈਗੀ ਯਾਰ ਇਹਨਾਂ ਨੂੰ ਪਤਾ ਕੀ ਲੱਗਦਾ ਵੀ ਉਹ ਹੈ ਨੀ ਆਪਾਂ ਕੁਛ ਵੀ ਬੋਲੀ ਜਾਈਏ ਪਰ ਨਹੀਂ ਭਰਾਵਾ ਬੈਠੇ ਆ ਹਜੇ ਜਿੰਨੀਆਂ ਕਿ ਤੁਹਾਡੀਆਂ ਉਹਦੇ ਨਾਲ ਸਾਰਿਆਂ ਦੀਆਂ ਗੱਲਾਂ ਹੋਈਆਂ ਨੇ ਉਹ ਸਾਨੂੰ ਸਾਰੀਆਂ ਹੀ ਪਤਾ ਨੇ ਅਸੀਂ ਉੱਥੇ ਹੀ ਰਹੇ ਆ ਸਾਨੂੰ ਕੱਲੀ ਕੱਲੀ ਗੱਲ ਦਾ ਸਾਡੀ ਦਾ ਸਭ ਦਾ ਪਤਾ ਵੀ ਤੁਹਾਡੇ ਬਾਰੇ ਉਹਦੀ ਕੀ ਸੋਚ ਸੀ ਇਹ ਕਹਿੰਦਾ ਸੱਚ ਗੱਲ ਸੁਣ ਲਾ ਮੈਂ ਭੁੱਲ ਜੂ ਫਿਰ ਇਹ ਕਹਿੰਦਾ ਮੇਰੀਆਂ ਸਟੋਰੀਆਂ ਦੇਖਦਾ ਸੀ ਉਦੋਂ ਬਾਅਦ ਸਿੱਧੂ ਉਹ ਤੇਰੀਆਂ ਸਟੋਰੀਆਂ ਚਾਵਲੇ ਤਾਂ ਦੇਖਦਾ ਸੀ ਵੀ ਤੂੰ ਕੋਈ ਬਕਵਾਸਬਾਜੀ ਤਾਂ ਨੀ ਕਰ ਰਿਹਾ ਵੀ ਫਿਰ ਤੇਰੀ ਮੋਟੀ ਤੈਨੂੰ ਫਿਰ ਦੱਸਾਂਗੇ ਵੀ ਕੀ ਸੀ ਤੂੰ ਜਦੋਂ ਸਟੋਰੀਆਂ ਪਾਈਆਂ ਨੇ ਨਾ ਤੂੰ ਇਹਨੇ ਗਾਣਾ ਕੱਢਿਆ 24 ਅਪ੍ਰੈਲ ਦੇ ਮਹੀਨੇ ਚ ਵੋਟਾਂ ਤੋਂ ਬਾਅਦ ਪਹਿਲਾਂ ਤਾਂ ਨੀ ਵੋਟਾਂ ਵਾਲਾ ਪਾਇਆ ਵੀ ਕੀ ਬਣਿਆ ਵੋਟਾਂ ਦਾ ਹੁਣ ਯਾਰ ਜਿਹਦੀ ਆਪਣਾ ਦੋ ਬੰਦਿਆਂ ਦੀ ਬਣਦੀ ਨੀ ਹੁਣ ਮੈਂ ਤੇਰੇ ਬਾਰੇ ਕੋਈ ਸਟੋਰੀ ਪਾਊਂਗਾ ਹੁਣ ਤੈਨੂੰ ਤਾਂ ਲੱਗੂਗਾ ਹੀ ਨਾ ਪਤਾ ਵੀ ਮੇਰੇ ਵਾਰੀ ਪਾਈ ਹੈ ਹੋਰ ਤੂੰ ਕਿਹਦੇ ਬਾਰੇ ਪਾ ਰਿਹਾ ਹੋਰ ਤੇਰਾ ਕਿਹੜਾ ਕੋਈ ਉਹ ਖੜਾ ਸੀ ਵੀ ਵੋਟਾਂ ਚ ਇਹਦਾ ਕੋਈ ਜਾਣਕਾਰ ਖੜਾ ਸੀ ਇਹਨੇ ਜਾਣ ਕੇ ਪਾਈ ਉਹਨੇ ਸਕੇਪ ਬੋਰਡ ਚ ਰਿਪਲਾਈ ਕੀਤਾ ਇਹਨੂੰ
ਓਦੂ ਬਾਅਦ ਇਹ ਗਾਣਾ ਕੱਢਿਆ ਇਹਨੇ, ਕਹਿੰਦਾ ਮੈਨੂੰ ਮੇਰੇ ਵਰਸ ਦੇ ਪੈਸੇ ਦਾ ਦੇ ਦੇ, ਕਹਿੰਦਾ ਤੂੰ ਆਪਦੇ ਮੇਰੇ ਵਰਸ ਨਾਲ ਕੋਠੀ ਪਾ ਲਈ, ਹਵੇਲੀ ਪਾ ਲਈ, ਇਹ ਗੱਲਾਂ ਕਰ ਰਿਹਾ ਸੀ ਗਾਣੇ ਚ। ਉਹ ਕਹਿੰਦਾ ਵੀ ਉਦੋਂ ਉਹਨੇ ਰਿਪਲਾਈ ਕਰਨ ਦੀ, ਉਹ ਕਹਿੰਦਾ ਵੀ ਛੱਡ ਪਰਾਂ ਮੈਂ ਨੀ ਕੁਛ ਕਹਿਣਾ, ਅਸੀਂ ਉਹਨੂੰ ਦੱਸਿਆ ਵੀ ਐਂ ਕਹਿੰਦਾ, ਉਹ ਕਹਿੰਦਾ ਛੱਡ ਪਰਾਂ। ਓਦੂ ਬਾਅਦ ਫਿਰ ਉਹਨੇ ਲੈਵਲ ਚ ਪੜਾਸ ਕੱਢੀ। ਹਾਂ ਤੂੰ ਹੁਣ ਵੱਡੀ ਗੱਲ ਇੱਥੇ ਇਹ ਦੇਖ, ਹੁਣ ਮੈਂ ਤੈਨੂੰ ਮੈਂ ਇਹਦੇ ਵਾਲੀ ਗੱਲ ਦਾ ਜਵਾਬ ਇੱਥੇ ਰੱਖ ਦਿੰਦਾ ਵੀ ਇਹ ਕਹਿੰਦਾ ਸੀ ਉਹਨੇ ਮੈਨੂੰ ਬੁਲਾਇਆ, ਉਹਨੇ ਮੈਨੂੰ ਐਂ ਕਰਿਆ, ਇਹ ਫੋਨ ਲਾਇਆ, ਉਹ ਕਰੇ। ਪਹਿਲੀ ਗੱਲ, ਤੂੰ ਉਹਦੇ ਲੈਵਲ ਤੱਕ ਕਦੇ ਪਹੁੰਚ ਨੀ ਸਕਦਾ, ਖੱਚਾ ਤੈਨੂੰ ਮੈਂ ਸਿੱਧਾ, ਤੇਰੀ ਪੱਗ ਦੀ ਸ਼ਰਮ ਕਰਦੇ ਸੀ, ਤੇਰੀ ਦਾੜੀ ਵੀ ਕਰਦੇ ਸੀ, ਤੈਨੂੰ ਕੋਈ ਵਹਿਮ ਹੋਇਆ, ਤੈਨੂੰ ਇਹ ਵੀ ਕਹਿੰਦੇ ਆ ਕੱਲੀ ਵੀਡੀਓ ਵਾਲਾ ਨੀ। ਹਾਂ ਇਹ ਕਹਿੰਦਾ ਸੀ ਨਾ ਵੀ ਮੈਂ ਸਿੱਧੂ ਨੂੰ ਕਿਹਾ ਵੀ ਜੇ ਤੂੰ ਟੇਢਾ ਚੱਲੇਗਾ ਆਨਲਾਈਨ, ਮੈਂ ਆਨਲਾਈਨ ਵੀ ਟੇਢਾ ਤੇ ਆਫਲਾਈਨ ਵੀ, ਫਿਰ ਤੂੰ ਹੁਣ ਆਫਲਾਈਨ ਜੇ ਮਿਲਣਾ ਨਾ ਟੇਢਾ, ਫਿਰ ਹੁਣ ਇੱਕ ਵਾਰ ਫੋਨ ਤੈਨੂੰ ਜਾਂ ਤੈਨੂੰ ਮੈਸੇਜ ਕਰਾਂਗੇ, ਦੱਸ ਦੀ ਕਦੋਂ ਮਿਲਣਾ ਤੇ ਕਿੱਥੇ ਮਿਲਣਾ, ਉਹ ਵੀ ਦੱਸ ਦੀ, ਉਹ ਵੀ ਹੁਣ ਤੇਰੇ ਨਾਲ ਉਹ ਵੀ ਨਿਬੜ ਨਿਬੜਾ ਕਰ ਹੀ ਲਵਾਂਗੇ। ਠੀਕ ਆ, ਤੇਰੀ ਜਿਹੜੀ ਘਮੇਰ ਹੋਊ ਤੇਰੀ ਉਹ ਵੀ ਕੱਢ ਦਿਆਂਗੇ। ਠੀਕ ਆ, ਮੈਂਸ਼ਨ ਕਰੇ ਨੇ, ਤੂੰ ਚੈੱਕ ਤਾਂ ਕਰਦਾ, ਧਿਆਨ ਨਾਲ ਦੇਖ ਲਈ। ਹੁਣ ਮੈਂ ਤੈਨੂੰ ਦੂਜੀ ਗੱਲ ਦਾ ਜਵਾਬ ਦਿੰਦਾ ਬਈ, ਉਹਨੇ ਸਾਡੇ ਵਰਗਿਆਂ ਨੂੰ ਜਿਵੇਂ ਕਹਿ ਲਾ ਵੀ ਤੇਰੀ ਉਹਨੂੰ ਕਿਤੇ ਲੱਗਿਆ ਵੀ ਚੱਲ ਯਾਰ ਮੁੰਡਾ ਸਟਰਗਲ ਕਰ ਰਿਹਾ, ਲਿਖਦਾ, ਆਪਾਂ ਇਹਦੀ ਹੈਲਪ ਕਰੀਏ, ਹੈਲਪ ਕਰੀਏ। ਨਹੀਂ ਯਾਰ ਤੂੰ ਚੱਕ ਦੇਗਾ, ਕੋਈ ਚੱਕਰ ਵਾਲੀ ਗੱਲ ਨੀ, ਆਪਾਂ ਗਾਣਾ ਕਰ। ਠੀਕ ਆ, ਵੀ ਉਹਦੇ ਨਾਲ ਹੌਸਲਾ ਹੋ ਜਾਂਦਾ ਸੀ ਤੇ ਉਹਦੇ ਗਏ ਤੋਂ ਹੁਣ ਆ ਸਾਰੇ ਲੋਕ ਉਹਦੀਆਂ ਆਡੀਓ ਤੱਕ ਕਦੇ ਸ਼ੂਟਰ ਨੇ ਕਦੇ ਕਿਸੇ ਨੇ ਸ਼ੇਅਰ ਕਰਤੀ, ਆਪਾਂ ਉਹਦਾ ਵੌਇਸ ਤੱਕ ਕਿਤੇ ਸੁਣਾਇਆ ਕਿਸੇ ਨੂੰ ਕੋਈ ਉਹ ਕਰਿਆ ਅੱਜ ਤੱਕ ਆਪਣੇ ਕੋਲੇ 75 ਤਰ੍ਹਾਂ ਦੀਆਂ ਆਡੀਓ ਪਈਆਂ, ਕਿੰਨਾ ਹੀ ਕੁਛ ਆਪਾਂ ਕਈ ਵਾਰ ਤੈਨੂੰ ਦੇਖ ਲਾ ਉਹਦੇ ਤੈਨੂੰ ਸੁਣਾਇਆ ਮੈਂ, ਦੇਖ ਲੈ ਲੋਕ ਕੀ ਕੁਛ ਪਾ ਰਹੇ, ਸਾਰਿਆਂ ਦੀਆਂ ਕਰਤੂਤਾਂ ਨੇ ਉਹਦੇ ਚ ਵੀ ਉਹ ਕਹਿੰਦਾ ਸੀ ਆਹ ਦੇਖ ਆ ਉਹਨਾਂ ਵਾਸਤੇ ਇੱਕ ਚੀਜ਼ ਲਿਖੀ ਹੈ, ਬਸ ਉਹ ਜਿਹੜੇ ਹੁਣ ਇੰਟਰਵਿਊਆਂ ਕਰਦੇ ਫਿਰਦੇ ਨੇ ਕਈ, ਕੋਈ ਪੋਡਕਾਸਟ ਕਰੀਏ ਕੋਈ ਕੁਛ ਕਰੀ ਜਾਂਦੇ ਨੇ, ਮੈਂ ਦੇਖੀ ਜਾਂਦਾ ਸਾਰਿਆਂ ਦਾ ਮਾਹੌਲ ਚਾਲ ਵੀ ਸਾਡੀ ਐਂ ਕਰਾਤੀ ਬਈ, ਚਲੋ ਠੀਕ ਆ ਵਧੀਆ ਗੱਲ ਆ, ਪਰ ਨਿੰਦੋ ਨਾ ਵੀ ਐਵੇਂ ਨਾ ਬਾਹਲੇ ਐ ਨਾ ਬਣੋ ਵੀ ਅਸੀਂ ਨੇੜੇ ਤੇ ਸੀ, ਨੇੜੇ ਨੂੜੇ ਤੇ ਵੀਰੇ ਜੇ ਕੋਈ ਵੀ ਹੋ ਤੁਹਾਡੀ ਲੋੜ ਆ ਸਾਨੂੰ ਸੰਪਰਕ ਕਰੋ, ਜਿਹੜੇ ਇੰਟਰਵਿਊਆਂ ਕਰਦੇ ਨੇ ਸਾਰਿਆਂ ਦੀ ਲੋੜ ਆ ਸਾਨੂੰ ਸੰਪਰਕ ਕਰੋ, ਕੰਮ ਸਾਰਿਆਂ ਨੂੰ ਦਿੱਤੇ ਜਾਣਗੇ, ਸਾਰੇ ਆਪਦਾ ਆਪਦਾ ਉਵੇਂ ਕਰੋ, ਇਨਸਾਫ਼ ਦੀ ਗੱਲ ਕਿਵੇਂ ਕੀਤੀ ਜਾਣੀ ਆ, ਉਦੋਂ ਤੁਸੀਂ ਬੋਲਦੇ ਹੀ ਨੀ, ਚਾਹੇ ਕੈਮਰੇ ਤੇ ਆ ਚਾਹੇ ਕੈਮਰੇ ਤੋਂ ਬਿਨਾਂ ਵਾਲੀ ਆ, ਤੁਸੀਂ ਆਓ ਤਾਂ ਸਹੀ ਕਿਤੇ, ਤੁਸੀਂ ਕਿੱਥੇ ਆਏ ਹੋ ਅੱਜ ਤੱਕ। ਠੀਕ ਆ, ਜਿਹੜੇ ਬਾਕੀ ਅੱਲੜ ਗੱਲੜ ਪਿੱਲੜ ਪੁੱਲੜ ਜਿਹੜੇ ਵਿੱਚ ਆ ਜਾਂਦੇ ਨੇ ਨਾ ਜੀ, ਇਹ ਫੇਮ ਲਈ ਸਟੰਟ ਕਰਦੇ ਆ, ਤਾਂ ਤੁਹਾਨੂੰ ਮੈਂ ਪਹਿਲਾਂ ਤਾਂ ਕਹਿ ਦਵਾਂ, ਸਾਡੇ ਕੋਲੇ ਜੇ ਅਸੀਂ ਫੇਮ ਲੈਣੀ ਹੋਵੇ ਨਾ, ਸਿੱਧੂ ਬਾਈ ਦੇ ਇੰਨੇ ਕੁ ਮੈਸੇਜ ਜਾਂ ਸਿਸਟਮ ਸਾਡੇ ਕੋਲੇ ਪਿਆ ਵੀ, ਅਸੀਂ ਇੱਕ ਯਾਰ ਆਪਾਂ ਉਹਦੇ ਨਾਲ ਉਹ ਯਾਰ ਰਹਿ ਕੇ ਨਹੀਂ ਫੇਮ ਦਾ ਕਦੇ ਸੋਚਿਆ, ਜਦੋਂ ਜਿਉਂਦਾ ਸੀ ਉਦੋਂ ਵੀ ਕਦੇ ਨਾਲ ਹੁੰਦੇ ਸਟੋਰੀਆਂ ਪਾਉਂਦੇ ਸੀ ਵੀ ਆਹ ਬਾਤ ਇੱਕ ਵੀ ਅਸੀਂ ਚੱਲੇ ਆ ਗੱਡੀ ਚ ਆਏ, ਇਹ ਕਿਸੇ ਕਦੇ ਕਦੇ ਮੈਂ ਕਹਿੰਦਾ ਸਾਲ 6 ਮਹੀਨਿਆਂ ਚ ਇੱਕ ਦੋ ਵਾਰੀ ਫੋਟੋ ਫੁਟੋ ਖਿੱਚ ਲੈਣੀ, ਉਹ ਵੀ ਕਦੇ ਜਦੋਂ ਤਿਆਰ ਹੋਏ ਹੁੰਦੇ ਨਹੀਂ, ਪਰਨੇ ਪੁਰਨੇ ਤਾਂ ਕਦੇ ਖਿੱਚੀ ਨੀ, ਉਹਨੇ ਛੱਡ ਪਰਾਂ ਫੋਟੋ ਹੁੰਦਾ ਸੀ ਕੀ ਹੋਇਆ, ਉਹਨੇ ਆਪ ਹੀ ਕਹਿ ਦੇਣਾ ਤੂੰ ਵੀ ਨੀ ਹਟਦਾ ਤੂੰ ਤਾਂ ਹਟ ਜਾ। ਉਹ ਯਾਰ ਵਿੱਚ ਬਾਈ ਤੂੰ ਨਾ ਮੇਰੀ ਗੱਲ ਸੁਣ, ਇੱਕ ਜਿਉਂ ਵੀ ਬਾਈ ਹੈਗੇ ਉਹ ਰਾਕਾ ਰਾਕਾ ਲੀਲੀ ਪੀਲੀ ਬਾਈ, ਰਾਕੇ ਨੂੰ ਇਹਦੇ ਵਿੱਚ ਗਿਣੋ ਨਾ, ਪਹਿਲੀ ਗੱਲ ਉਹਦਾ ਲੈਵਲ ਹੀ ਨੀ ਬਾਈ, ਉਹਦੇ ਬਾਰੇ ਤਾਂ ਗੱਲ ਹੀ ਨੀ ਸਿਸਟਮ ਆ, ਜਿੱਦਣ ਉਹਨੇ ਹੁਣ 3-5 ਕਰੀ ਮੈਂ ਇਹਨੂੰ ਸਿੱਧੀ ਗੱਲ ਉਦਣ ਵੀ ਕਹਿਤੀ ਸੀ ਇੱਕ ਗੇਰੀ, ਉਹ ਜਿੱਥੇ ਵੀ ਨਿਕਲੂ ਉਹਦੇ ਲਫੇੜੇ ਪੈਣਗੇ, ਮੈਂ ਇੰਨੀ ਗੱਲ ਕਲੀਅਰ ਕਹਿਤੀ, ਹੁਣ ਉਹਦਾ ਕੋਈ ਕਮੈਂਟ ਨਾ ਕਰਿਓ ਰਾਕੇ ਰੂਕੇ ਦਾ, ਜੇ ਅਸੀਂ ਕੋਈ ਗੱਲ ਕਹਿੰਦੇ ਹਾਂ ਅਸੀਂ ਆਪਦੇ ਸਿਰ ਤੇ ਕਹਿੰਦੇ ਹਾਂ, ਨਾ ਸਾਨੂੰ ਕਿਸੇ ਸਾਲੇ ਦੀ ਕੋਈ ਝੇਪ ਆ। ਠੀਕ ਆ, ਇਹਦੇ ਬੋਲਣਾ ਨੀ ਸੀ ਅਸੀਂ, ਨਾ ਸਾਨੂੰ ਕੋਈ ਉਹੋ ਜਿਹਾ ਸਿਸਟਮ ਸੀ ਵੀ ਠੀਕ ਆ ਯਾਰ ਇਹਨੂੰ ਕੀ ਕਹਿਣਾ, ਕਿਉਂਕਿ ਮੈਂ ਇਸੇ ਕਰਕੇ ਇੰਟਰਵਿਊ ਸੁਣੀ ਨੀ ਸੀ, ਅੱਜ ਸੁਣੀ ਤੇ ਅਸੀਂ ਗੱਲਾਂ। ਸਾਨੂੰ ਇੱਕ ਉਹ ਵੀ ਗੱਲ ਦੱਸ ਦੇ ਵੀ ਇਹਨੂੰ ਜਦੋਂ ਸਿੱਧੂ ਦਾ ਤੇ ਇਹਦਾ ਨਸੀਬ ਦਾ ਸੁਲਤਾਨ ਉਹਨਾਂ ਨਾਲ ਰੌਲਾ ਪਿਆ, ਸਿੱਧੂ ਨੇ ਇਹਦੇ ਪਿੱਛੇ ਸਟੈਂਡ ਲਿਆ, ਇਹਨੂੰ ਨਸੀਬ ਉਹਨਾਂ ਨੇ ਆਪਣੇ ਚੱਲ ਕੋਈ ਵੀ ਲਾ ਲਾ, ਨਸੀਬ ਨੂੰ ਉਹਨਾਂ ਨੇ ਕਿਹਾ ਪਤਾ ਨੀ ਮਸੰਦ ਕੋਈ ਸ਼ਬਦ ਇਹਨੂੰ ਕਿਹਾ, ਤੂੰ ਤੇਰਨ ਮਸੰਦ ਨੂੰ ਆਏ, ਸਿੱਧੂ ਬਾਈ ਨੇ ਸਟੈਂਡ ਲਿਆ ਵੀ ਚੱਲ ਵੀ ਆਏ ਨੀ। ਉਦੋਂ ਬਾਅਦ ਸੁਲਤਾਨ ਉਹਨਾਂ ਦੇ ਕਈ ਮਤਲਬ ਇੱਕ ਮੁੰਡਾ ਗਗਨ ਮੰਡਾ, ਉਹ ਚੱਲ ਮੇਰੇ ਨਾਲ ਪੜਿਆ, ਇੱਕ ਮੁੰਡਾ ਜਿਹੜਾ ਉਹ ਜੀ ਘੁੰਮਣ ਉਹ ਸਾਡੇ ਸੰਗਰੂਰ ਦਾ ਕਾਂਜਲੇ ਦਾ ਨਾ, ਚਲੋ ਉਹ ਮੇਰੇ ਪੁਰਾਣੇ ਮਤਲਬ ਉਹ ਸੀ, ਮੈਂ ਸਿੱਧੂ ਬਾਈ ਨੂੰ ਕਿਹਾ ਮੈਂ ਬਈ ਉਹਨਾਂ ਨਾਲ ਮੈਂ ਉਹਦੇ ਗਗਨ ਮੰਡ ਨਾਲ ਗੱਲ ਕੀਤੀ ਉਦੋਂ, ਉਹ ਕਹਿੰਦਾ ਵੀ ਬਈ ਸਾਡਾ ਕੋਈ ਰੌਲਾ ਨੀ, ਉਹ ਸਿੱਧੂ ਬਾਈ ਨਾਲ ਸੁਲਤਾਨ ਹੋਰ ਹੀ ਕੋਈ ਕਹਿੰਦਾ ਵੀ ਸਾਡਾ ਤੇਰੇ ਨਾਲ ਕੋਈ ਰੌਲਾ ਨੀ ਬਈ, ਵੀ ਅਸੀਂ ਤੇਰੇ ਨਾਲ ਵੀ ਕੋਈ ਉਹ ਨੀ ਕਰਦੇ, ਉਹ ਕਹਿੰਦਾ ਵੀ ਨਸੀਬ ਨਾਲ ਵੀ ਨਾ ਕਰਿਓ ਵੀ ਨਸੀਬ ਨੂੰ ਵੀ ਛੱਡ ਦੋ ਵੀ ਇਹਨੂੰ ਵੀ ਨਾ ਕੋਈ ਗਲਤ ਗੱਲ ਬੋਲਿਓ, ਉਹ ਕਹਿੰਦੇ ਵੀ ਨਹੀਂ ਬਈ ਫਿਰ ਇਹਦੇ ਨਾਲ ਨੀ ਐਂ ਕਰਦੇ, ਫਿਰ ਸਿੱਧੂ ਕਹਿੰਦਾ ਮੇਰੇ ਨਾਲ ਵੀ ਕਰ ਲਓ ਫਿਰ ਮੈਂ ਵੀ ਚੱਲੂੰਗਾ,
ਉਹ ਇਹਦੇ ਪਿੱਛੇ ਸਟੈਂਡ ਲਿਆ ਤੇ ਇਹ ਉਦੋਂ ਬਾਅਦ ਆਂਦਾ ਆ ਭੱਜ ਗਿਆ। ਹਾਂ ਹੁਣ ਇਹਨੂੰ ਮੈਂ ਉਹੀ ਗੱਲ ਕਹਿਣਾ ਨਸੀਬ ਨੂੰ, ਤੂੰ ਵੱਡਾ ਘੈਂਟ ਬਣਦਾ, ਮੈਂ ਜੀ ਟਿੱਡਾ, ਮੈਂ ਜੀ ਫਲਾਣਾ, ਸਿੱਧੂ ਬਾਈ ਦਾ ਸੁਲਤਾਨ ਨਾਲ ਕੀ ਰੌਲਾ ਸੀ ਤੈਨੂੰ ਇੰਨਾ ਪਤਾ? ਹਾਂ ਉਹ ਵੀ ਗੱਲ ਇੰਟਰਵਿਊ ਤੇ ਆ ਕੇ ਦੱਸ ਵੀ ਸਿੱਧੂ ਨੇ ਮੇਰੇ ਪਿੱਛੇ ਸਟੈਂਡ ਲਿਆ, ਉਹਦਾ ਤਾਂ ਸੁਲਤਾਨ ਉਹਨਾਂ ਨਾਲ ਕੋਈ ਰੌਲਾ ਹੀ ਨਹੀਂ ਸੀ। ਤੂੰ ਵਾਲਿਆ ਖੱਚਾ ਆਪਦੇ ਇਹੋ ਜਿਹੇ ਉੱਥੇ ਨੰਬਰ ਬਣਾਉਣ ਲੱਗਿਆ, ਤੈਨੂੰ ਵੀ ਲੱਗਦਾ ਵੀ ਉਹ ਹੈ ਨੀ ਤਾਂ ਤੂੰ ਬਕਵਾਸਬਾਜ਼ੀ ਕਰੇਗਾ ਕਿਤੇ ਵੀ ਬਹਿ ਕੇ। ਤੈਨੂੰ ਬੰਦਿਆਂ ਨਾਲ ਐਤਕੀ ਕਹਿਤੀ, ਜੇ ਤੈਨੂੰ ਗਾਂ ਨੂੰ ਬਾਲੀ ਕੋਈ ਘਮੇਰ ਕਰਦੀ ਵਾਲਾ ਸਿਸਟਮ ਆ ਨਾ, ਤਾਂ ਤੂੰ ਜਿਵੇਂ ਕਰਨੀ ਹੋਈ ਠੀਕ ਆ ਨਾ, ਸਾਨੂੰ ਕੋਈ ਦਿੱਕਤ ਨੀ, ਵੀਡੀਓ ਵੂਡੀਓ ਨੀ ਆ ਸਾਡਾ, ਮੈਂ ਪਹਿਲੇ ਨੰਬਰ ਤੇ ਖੋਲੂ ਤੇਰਾ ਮੈਸੇਜ, ਉਹਤੇ ਆ ਮੈਂ ਤੈਨੂੰ ਨੰਬਰ ਦਿੰਦਾ, ਸਿਸਟਮ ਕਰ ਲਾਂਗੇ ਉਹਤੇ ਸਾਰਾ। ਉਹ ਸਾਲਿਆ ਬੰਦੇ ਵਾਲੀ ਗੱਲ ਕਰ ਤੂੰ ਠੀਕ ਆ, ਸਟਰਗਲਾਂ ਟੈਲੈਂਟਾਂ ਦੀਆਂ ਗੱਲਾਂ ਕਰਦਾ, ਜਿਹੜਾ ਬੰਦਾ ਕੈਨੇਡਾ ਚਲਿਆ ਗਿਆ ਫਿਰ ਤੂੰ ਉੱਥੇ ਸਿੰਪਤੀਆਂ ਗੇਨ ਕਰਦਾ, ਮੈਂ ਜੀ ਬਿਨਾਂ ਜਰਾਬਾਂ ਤੋਂ, ਮੈਂ ਬਿਨਾਂ ਬੂਟਾਂ ਤੋਂ ਲੰਘੇ ਪਈ, ਇੰਨਾ ਦਾ ਕੋਈ ਵੀ ਨਹੀਂ ਤੰਗ ਹੁੰਦਾ, ਤਾਣੇ ਕਰਨ ਤੋਂ ਪੈਸੇ ਹੈਗੇ ਨੇ, ਤੇਰੇ ਕੋਲ ਬੂਟ ਲੈਣ ਨੂੰ ਪੈਸੇ ਹੈ ਨਹੀਂ ਸੀ, ਇੰਨਾ ਦਾ ਕੋਈ ਵੀ ਨਹੀਂ ਤੰਗ ਹੁੰਦਾ। ਓਏ ਤੂੰ ਇਹ ਦੇਖ ਵੀ ਯਾਰ ਫੁੱਦੂ ਕਿਹੜੇ ਹਿਸਾਬ ਨਾਲ ਬਣਾਉਣ ਬਹਿ ਜਾਂਦੇ ਨੇ ਲੋਕਾਂ ਨੂੰ, ਤੂੰ ਸਾਲਿਆ ਕਿਸੇ ਫੈਰੀ ਬਰਫ ਚ ਗਿਆ ਆਏ ਗਿਆ, ਸਾਰੀ ਦੁਨੀਆ ਸਟਰਗਲ ਕਰਦੀ ਆ, ਤੇਰੀ ਕੋਈ ਦੁਨੀਆ ਤੋਂ ਲਹਿਦਾ ਸਟਰਗਲ ਆ, ਜਿਹੜੇ ਇੱਕ ਸਟੂਡੈਂਟ ਜਿੰਨੇ ਵੀ ਇਹ ਕਹਿੰਦਾ ਵੀ ਸਿੱਧੂ ਆਏ, ਸਿੱਧੂ ਨੇ ਤਾਂ ਪਹਿਲਾਂ ਬਹੁਤ ਕੁਛ ਕੀਤਾ, ਉਹਨੇ ਤਾਂ ਸਬਜ਼ੀਆਂ ਵੀ ਕੱਟੀਆਂ ਨੇ, ਸਟੂਡੈਂਟ ਰਾਈਕਿਆਂ ਦਾ ਭਾਂਡੇ ਵੀ ਮਾਂਜੇ ਨੇ, ਉਹਨੇ ਤਾਂ ਸਾਰੇ ਟਰੱਕ ਅਨਲੋਡਿੰਗ ਲੋਡਿੰਗ ਦਾ ਕੰਮ ਵੀ ਮੈਨੂਅਲ ਕੀਤਾ, ਉਹਨੇ ਤਾਂ ਬਹੁਤ ਕੁਛ ਕੀਤਾ। ਰੋਣ ਲੱਗ ਗਿਆ ਮੇਰੇ ਕੋਲੇ ਬੂਟ ਟੁੱਟੇ ਹੋਏ ਸੀ, ਆਏ ਸੀ, ਜੇ ਉਹਦੀਆਂ ਉਹੀ ਆਈਆਂ ਗੱਲਾਂ ਦੱਸੀਏ, ਬਹੁਤ ਕੁਛ ਆ ਉਹਦਾ ਤਾਂ ਹੈ ਜਾ ਵੀ ਉਹ, ਪਰ ਆਪਾਂ ਉਹ ਸਾਡੇ ਤਾਂ ਆਪਦੀਆਂ ਗੱਲਾਂ ਨੇ ਵੀ ਕੀ ਦੱਸੀਏ, ਹਨਾ। ਜਿੰਨਾ ਸਾਡੇ ਕੋਲੇ ਕੁਛ ਪਿਆ ਨਾ ਸਿੱਧੂ ਬਾਈ ਦਾ, ਸਾਰੀਆਂ ਚੀਜ਼ਾਂ ਤੋਂ ਲੈ ਕੇ ਗਾਣਿਆਂ ਤੋਂ, ਉਹਦੀਆਂ ਰਿਕਾਰਡਿੰਗਾਂ, ਉਹਦੀਆਂ ਵੋਕਲਾਂ, ਉਹਦੀਆਂ ਹੋਰ ਚੀਜ਼ਾਂ, ਠੀਕ ਆ, ਜਿਹੜੇ ਉਹਨੇ ਸਾਨੂੰ ਵੋਇਸ ਮੈਸੇਜ ਕਰੇ ਆ, ਜੇ ਅਸੀਂ ਫੇਮ ਲੈਣੀ ਹੋਵੇ ਨਾ ਤੇਰੇ ਵਾਂਗੂ ਲੀਰੇ ਖੱਚੇ, ਅਸੀਂ ਉਹ ਚੀਜ਼ਾਂ ਜਨ ਤੱਕ ਕਰੀਏ ਬਾਹਰ, ਅਸੀਂ ਆਪਦੀ ਆਈ ਡੀ ਪਾਈਏ ਡੇਲੀ, ਵਿਆਹ ਦੇਖੋ ਜੀ ਸਿੱਧੂ ਐ ਗੱਲ ਕਰਦਾ ਨਾਲ ਹੁੰਦਾ ਸੀ, ਠੀਕ ਆ, 2 ਸਾਲ ਤੂੰ ਕੰਟੀਨਿਊਸਲੀ ਨਾਲ ਰਿਹਾ ਦਿਨ ਰਾਤ, ਭੈਣ ਜਦ ਆਪਾਂ ਨੂੰ ਫੇਮਾਂ ਭੁੱਲੀਆਂ ਨੇ ਲੈਣੀਆਂ, ਉਹੀ ਤਾਂ ਗੱਲ ਹੈ ਸਾਡੇ ਫੇਮ ਦੇ, ਅਸੀਂ ਤਾਂ ਸਿਆਪੇ ਲਏ ਨੇ ਜਦੋਂ ਲਏ ਨੇ ਉਹਦੀ ਖਾਤਰ, ਫੇਮ ਬਹੁਤ ਹੋਰ ਹੁੰਦੇ ਨੇ, ਤੁਹਾਡੇ ਵਰਗੀਆਂ ਲੀਰਾਂ ਦਾ ਕੰਮ ਆ, ਜਿਨ੍ਹਾਂ ਨੂੰ ਆਪਦੇ ਨੂੰ ਯਾਰ ਬਹੁਤ ਬੰਦੇ ਜਿੰਨੇ ਉਹਦੇ ਉਲਟ ਬੋਲੇ, ਹਰੇਕ ਨਾਲ ਖੈਬੜੇ ਅਸੀਂ ਵੀ, ਹਾਂ ਯਾਰ ਤੂੰ ਬੋਲਿਆ ਕਿਵੇਂ, ਫਿਰ ਹਰ ਇੱਕ ਤੋਂ ਮਾਫ਼ੀ ਮੰਗਾ ਕੇ ਫਿਰ ਖਹਿੜਾ ਛੱਡਿਆ ਅਗਲੇ ਦਾ। ਉਹੀ ਮੈਂ ਗੱਲ ਕਹਿਣਾ ਯਾਰ, ਇਹਨਾਂ ਦੀ ਮੈਨੂੰ ਸਮਝ ਹੀ ਨੀ ਆਉਂਦੀ ਵੀ ਯਾਰ ਇਹਦਾ ਦਿਮਾਗ ਕਿਹੜੇ ਲੈਵਲ ਤੇ ਹਿੱਲਿਆ ਹੋਇਆ ਯਾਰ, ਤੂੰ ਪਾਗਲ ਆ, ਤੂੰ ਬਹੁਤ ਤਕੜੀ ਕਿਸੇ ਗਲਤ ਫਹਿਮੀ ਚ ਤੁਰਿਆ ਫਿਰਦਾ ਤੂੰ। ਫੋਰਨ ਚਲਿਆ ਗਿਆ, ਫੋਰਨ ਉਹਦੇ ਗਏ ਤੋਂ ਹੀ ਗਏ ਆ, ਪਹਿਲਾਂ ਇੱਥੇ ਸੀ ਭਰਾਵਾ, ਵੋਟਾਂ ਤੋਂ ਪਹਿਲਾਂ ਦਾ ਵੀਜ਼ਾ ਆਇਆ ਹੋਇਆ ਸੀ, ਪਰ ਹਾਲਾਂਕਿ ਉਹਨੂੰ ਪਤਾ ਸੀ, ਉਹ ਕਹਿੰਦਾ ਵੀ ਜਾ, ਮੈਂ ਨਹੀਂ ਮੈਂ ਜਾਣਾ ਨੀ, ਮੈਂ ਤਾਂ ਗਿਆ ਹੀ ਨੀ, ਉਦੋਂ ਦਾ ਵੀਜ਼ਾ ਆਇਆ ਹੋਇਆ ਸੀ ਭਰਾਵਾ। ਬਾਕੀ ਉਹਦਾ ਹੁਣ ਪ੍ਰੇਮ ਦੀ ਸੁਣ ਲਾ ਭਾਈ, ਹੁਣ ਪ੍ਰੇਮ ਦਾ ਕਹਿੰਦੇ ਵੀ ਪ੍ਰੇਮ ਦਾ ਦੱਸੋ, ਪ੍ਰੇਮ ਦਾ ਦੱਸੋ, ਪ੍ਰੇਮ ਨੇ ਹੁਣ ਗਾਣਾ ਕੀਤਾ, ਮੈਂ ਪਹਿਲਾਂ ਸੁਣਿਆ ਨੀ ਸੀ, ਫਿਰ ਮੈਂ ਸੁਣਿਆ, ਮੈਂ ਕਿਹਾ ਚੱਲ ਸੁਣਾ ਤਾਂ ਸਹੀ। ਉਹ ਕਹਿੰਦਾ ਮੈਂ ਸਿੱਧੂ ਦੀ ਝੋਲੀ ਐ ਪਾਇਆ, ਕਮਾ ਕੇ ਫਲਾਨਾ ਕਰਿਆ, ਹਨਾ ਵੀ ਜਿੰਨਾ ਕਮਾਇਆ, ਉਹਨੂੰ ਐਂ ਤਾਂ ਪੁੱਛ ਲੱਗਿਆ ਵੀ ਜਦੋਂ ਉਹਨੇ 2 ਗਾਣੇ ਬਾਹਰੇ ਵੇਚੇ ਨੇ, ਹਾਂ ਸਿੱਧੂ ਬਾਈ ਦੇ ਕਹਿ ਕੇ 66 ਲੱਖ ਦੇ ਗਾਣੇ ਵੇਚੇ ਨੇ, ਉਹ ਪੈਸੇ ਇਹਨੇ ਕੀ ਕਿਹਾ ਉਦੋਂ ਸਿੱਧੂ ਬਾਈ ਨੂੰ, ਕਹਿੰਦਾ ਬਾਈ ਮੈਂ ਕੋਠੀ ਪਾਉਣੀ ਆ, ਮੈਂ ਗਾਣੇ ਬਾਹਰੇ ਵੇਚਦਾ। ਉਹ ਕਹਿੰਦਾ ਚਲ ਵੇਚ ਲਾ, ਇਹਨੇ 2 ਗਾਣੇ 66 ਲੱਖ ਦੇ ਵੇਚੇ ਸੀ ਉਦੋਂ, ਇਹ ਇਹਨੂੰ ਪੁੱਛ ਲਿਓ ਚਾਹੇ ਵੀ 66 ਲੱਖ ਦੇ ਇਹ ਗੱਲਾਂ ਕਰਦੇ ਨੇ, ਅਸੀਂ ਸਿੱਧੂ ਦੀ ਝੋਲੀ ਪਾਤਾ, ਸਿੱਧੂ ਨੇ ਇਹਦੀ ਕੋਠੀ ਪਵਾਈ ਹੈ, ਉਹ ਗਾਣੇ ਬਚਾ ਕੇ ਸਿੱਧੂ ਨੇ ਕੋਈ ਰੁਪਈਆ ਨੀ ਲਿਆ ਵਿੱਚੋਂ, ਵੀ ਤੂੰ ਵੇਚ ਕੋਈ ਨੀ ਕੋਠੀ ਪਾ, ਠੀਕ ਹੈ। ਉਦੋਂ ਬਾਅਦ ਜਦੋਂ ਇਹਦੇ ਘਰੇ ਗਏ ਆ, ਜਦੋਂ ਅੰਮ੍ਰਿਤਸਰ ਜਾਂਦੇ ਹੋਏ ਇਹਦੇ ਘਰੇ ਗਏ ਆ, ਸਿੱਧੂ ਬਾਈ ਨੇ ਇਹਦੇ ਡੈਡੀ ਨੂੰ ਕਿਹਾ, ਪ੍ਰੇਮ ਹੋਰਾਂ ਦੇ ਨੂੰ, ਕਹਿੰਦਾ ਜੀ ਮੈਂ ਵੀ ਉਰੇ, ਇਹ ਮੇਰੇ ਛੋਟੇ ਭਰਾ ਨੇ, ਕਹਿੰਦਾ ਵੀ ਮੈਂ ਤੁਹਾਡਾ ਵੱਡਾ ਪੁੱਤਾਂ, ਇਹ ਵੀ ਉਹ ਨੇ ਹਨਾ, ਵੀ ਜੇ ਇਹ ਕੈਨੇਡਾ ਨੇ ਤੁਹਾਨੂੰ ਕੋਈ ਲੋੜ ਹੈ ਮੈਨੂੰ ਦੱਸਿਓ, ਮੈਂ ਇੱਥੇ ਹੀ ਹਾਂ, ਠੀਕ ਹੈ। ਉਹ ਐਡਾ ਸਟੈਂਡ ਲੈਂਦਾ ਸੀ,
सारा कुछ तेरा तेरे शो तो लैके सिस्टम सारा कुछ उन्हें देखा तेनू भी पता एदी बई हुण गल सुन ला इनू पता सी भी सिद्धू ते मनकिरत बई दी एदी सिद्धू बई दी ते मनकिरत दी बनदी नहीं आपस दे विच ठीक है एदा पहला शो चंडीगढ़ असी गए लवाउण सिद्धू बई कहिंदा भी जाओ उदों मैं दुबई जाना सी बई उहनां कोले इह कहिंदा भी तूं लेट आ जाईं दो दिन मैं ते चाचा रजिंदर चाचा असी पिंडों गए स्पैशल ते असी इहदा शो लवाया हना शो लवाउण तों बाद इहने की कीता जदों असी होटल वापस गए गाहां बई पौड़ियां च मनकिरत खड़ा मनकिरत नाल बनदी सी मनकिरत नाल ऐ हथ मिला के ओनू ऐ जे करके सिद्धू दे मनकिरत मैनू इन्ना जानदा नहीं सी ओह चाचे नूं कहिंदा चाचा कोई नहीं आ जाओ होर चाचा किवें ऐ जे मिल के चल उदों बाद इह लै के ओनू प्रेम नूं खिच के अंदर लै गए बई उत्थे होर बैठे सी खासे बंदे दो तीन जाने एक ओह हॉकी वाले की आ ओह जिहड़े दिहाड़ी ने मनकिरत दे ओह बैठे सी सारे जाने मैं इहनूं उत्थे बई बैठण नहीं दित्ता क्योंकि आपां नूं पता सी वी इहदे नाल बैठना नहीं है ना उत्थे आपां इहनूं खिच के ले आए बई ਉਦੋਂ ਬਾਅਦ ਇਹਨੂੰ ਕਿਹਾ ਵੀ ਜੋ ਤੈਨੂੰ ਪਤਾ ਵੀ ਬਣਦੀ ਨੀ ਵੀ ਤੂੰ ਇਹਨੂੰ ਕਿਵੇਂ ਪਤਾ ਲੱਗ ਗਿਆ ਵੀ ਤੂੰ ਰਿਹਾ ਕਹਿੰਦਾ ਬਾਈ ਮੈਨੂੰ ਕੀ ਪਤਾ ਇਹਨੇ ਹਾਲਾਂਕਿ ਇਹਨੇ ਮੈਸੇਜ ਮੂਸੇ ਕਰਕੇ ਇਹਨੇ ਆਪ ਹੀ ਦੱਸਿਆ ਸੀ ਤੇ ਉਦੋਂ ਬਾਅਦ ਇਹ ਜਦੋਂ ਭੱਜਿਆ ਇਹ ਕਹਿੰਦਾ ਵੀ ਮੈਂ ਸਿੱਧੂ ਨਾਲੋਂ ਐਂ ਹੋ ਗਿਆ ਇਹਨੇ ਫੋਨ ਕਰਕੇ ਪਤਾ ਕੀ ਕਿਹਾ ਸਿੱਧੂ ਬਾਈ ਨੂੰ ਕਹਿੰਦਾ ਬਾਈ ਹੁਣ ਆਪਾਂ ਆਪੋ ਆਪਣਾ ਦੇਖਾਂਗੇ ਕਹਿੰਦਾ ਮੈਨੂੰ ਕਿਸੇ ਦਾ ਫੋਨ ਆਇਆ ਵੀ ਸਿੱਧੂ ਦੇ ਚੈਨਲ ਤੋਂ ਗਾਣੇ ਨੀ ਕਰਨੇ ਕਹਿੰਦਾ ਵੀ ਬਾਈ ਆਪਾਂ ਹੁਣ ਆਪੋ ਆਪਣਾ ਦੇਖਾਂਗੇ ਫਿਰ ਇਹਨੇ ਵਿਆਹ ਵੇਲੇ ਸੁਨੇਹਾ ਲਾਇਆ ਵੀ ਸਿੱਧੂ ਬਾਈ ਸਿੱਧੂ ਭਾ ਵੀ ਭਰਾ ਦਾ ਵਿਆਹ ਆਉਣਾ ਸਿੱਧੂ ਬਾਈ ਕਹਿੰਦਾ ਵੀ ਇਲੈਕਸ਼ਨ ਦਾ ਟਾਈਮ ਆ ਵੀ ਤੂੰ ਕਹਿੰਦਾ ਸੀ ਵੀ ਆਪੋ ਆਪਣਾ ਦੇਖਾਂਗੇ ਵੀ ਤੂੰ ਆਪਦੇ ਰਾਹ ਮੈਂ ਆਪਦੇ ਰਾਹ ਵੀ ਕੋਈ ਚੱਕਰ ਨੀ ਵੀ ਆਪਾਂ ਤੇਰੇ ਨਾਲ ਨਿਭਣ ਲੱਗਾ ਇਹਦੇ ਨਾਲ ਕੋਈ ਗੱਲ ਨੀ ਕਰੀ ਮੁੜ ਕੇ ਉਹਨੇ ਇਹ ਹੁਣ ਕਹੀ ਜਾਂਦਾ ਮੇਰੇ ਨਾਲ ਆਏ ਸੀ ਮੇਰੇ ਨਾਲ ਸਹੀ ਸੀ ਸਾਰਾ ਕੁਛ ਉਹ ਕੋਈ ਸਹੀ ਨੀ ਸੀ ਇਹਦੇ ਨਾਲ ਇੱਕ ਨੰਬਰ ਕੁੱਟੀ ਜਾਂਦੇ ਨੇ ਸਾਰੇ ਯਾਰ ਕੀ ਕੁਛ ਪ੍ਰੇਮ ਨੇ ਕਰੇ ਆਪਾਂ ਯਾਰ ਕੋਈ ਚੀਜ਼ ਭੁੱਲਦੇ ਆ ਕਦੇ ਆਹੋ ਥੋੜੇ ਬਹੁਤੇ ਹੋਣਗੇ ਜਿਹੜੇ ਤੁਹਾਡੇ ਗੱਲਾਂ ਚ ਆ ਜਾਂਦੇ ਨੇ ਇੱਕ ਮਿੰਟ ਚ ਵੀ ਬੇਚਾਰੇ ਪ੍ਰੇਮ ਮੂਸੇ ਆਇਆ ਸੀ ਹਾਂ ਬਈ ਆ ਪਿੱਛੇ ਜੇ ਜਾ ਕੇ ਆਏ ਡੇਢ ਕੁ ਮਹੀਨਾ ਪਹਿਲਾਂ ਜਦੋਂ ਇੰਡੀਆ ਗਿਆ ਸੀ ਉਦੋਂ ਜਾ ਕੇ ਆਏ ਮਾੜਾ ਜਾ ਕਿਸੇ ਨੇ ਕੁਛ ਕਿਹਾ ਯਾਰ ਜਿਹੜੇ ਪੇਜ ਸਿੱਧੂ ਬਾਈ ਦੇ ਨਾਂ ਤੇ ਆ ਸਾਨੂੰ ਉੱਥੇ ਕਿਸੇ ਦਾ ਵੀ ਗਾਣਾ ਲੱਗਿਆ ਬੁਰਾ ਲੱਗਦਾ ਤੁਹਾਨੂੰ ਮੈਂ ਸਿੱਧੀ ਗੱਲ ਕਹਿੰਦੀ ਠੀਕ ਆ ਜਿਹੜੇ ਵੀ ਕਿਸੇ ਪੇਜ ਤੇ ਉਹਦਾ ਹੁੰਦਾ ਜਾਂ ਕਿਸੇ ਹੋਰ ਚੱਕਰ ਚ ਹੁੰਦਾ ਸਾਨੂੰ ਆਉਂਦੀ ਹੈ ਖਿਜ ਠੀਕ ਆ ਮੈਂ ਨਾਂ ਲੈ ਕੇ ਕਹਿ ਦੇਣਾ ਮੈਨੂੰ ਕੋਈ ਦਿੱਕਤ ਨੀ ਚਾਹੇ ਨੇਤ ਆ ਚਾਹੇ ਪ੍ਰੇਮ ਚਾਹੇ ਹੋਰ ਪੰਜ ਚਾਰ ਜਿਹੜੇ ਗਾਉਣ ਵਾਲੇ ਹੈਗੇ ਨੇ ਉਹਨਾਂ ਦਾ ਗਾਣਾ ਨਾ ਸਿੱਧੀ ਮੈਂ ਸਾਫ਼ ਦਿੱਕਤ ਕਹਿਣਾ ਕੋਈ ਨੀ ਉਹਨਾਂ ਨੂੰ ਕੋਈ ਤਕਲੀਫ਼ ਦਿੱਕਤ ਹੈ ਤਾਂ ਮੈਨੂੰ ਲਾ ਲੈਣ ਮਸਲਾ ਹੈ ਨੀਗਾ ਸਾਨੂੰ ਯੂਡੀ ਵਾਲਾ ਸਿਸਟਮ ਨੀ ਸਾਨੂੰ ਕਿਸੇ ਹੋਰ ਵਾਲਾ ਨੀ ਨਸੀਬ ਮੈਂ ਇਹ ਚੀਜ਼ਾਂ ਚੂਜ਼ਾਂ ਨਹੀਂ ਕਰਕੇ ਬਾਹਲਾ ਲਾਈ ਵਾਲਾ ਜਾਂ ਇਹ ਵਾਲਾ ਸਿਸਟਮ ਕਰਕੇ ਨਾ ਰਾਜ਼ੀ ਆ ਨਾ ਸਾਨੂੰ ਪਰ ਤੇਰੀ ਤੂੰ ਪੱਗ ਬੰਨਣਾ ਠੀਕ ਆ ਦਾੜੀ ਤੇਰੇ ਰੱਖੀ ਥੋੜੀ ਬਹੁਤ ਨਾ ਤੈਨੂੰ ਸਾਨੂੰ ਵੀ ਕੁਛ ਵੀ ਤੂੰ ਕੀ ਬੋਲ ਰਿਹਾ ਕੀ ਨਹੀਂ ਘੈਂਟ ਨਾ ਬਣ ਤੈਨੂੰ ਜ਼ਿਆਦਾ ਘੈਂਟ ਬਣਨ ਦਾ ਤੈਨੂੰ ਹੈਗਾ ਵਾਕਈ ਵੀ ਤੂੰ ਵਾਕਈ ਬਹੁਤ ਜੀ ਫਿਰ ਦੇਖੀ ਹਾਂ ਮੈਂ ਸਿੱਧੂ ਵਰ ਗਈ ਆ ਜੀ ਮੈਂ ਵੀ ਮੈਂ ਫਲਾਣਾ ਤੈਨੂੰ ਬਾਈ ਤੇਰੇ ਮਨ ਚ ਤਾਂ ਸਾਨੂੰ ਚੇਤੇ ਕਰ ਲਈ ਬਰੀ ਆਪਾਂ ਸਿੱਧਮ ਸਿੱਧੀ ਸਿੱਧੂ ਵਰਗਾ ਨਾ ਤਾਂ ਇੰਡੀਆ ਆ ਕੇ ਰਹਿ ਭਰਾਵਾ ਆ ਜਾ ਲੱਗ ਜੂ ਬਦਾ ਪੰਜਾਬ ਤਾਂ ਰਹਿ ਆ ਜੂ ਤੂੰ ਸਿੱਧੂ ਵਰਗਾ ਲੈ ਸਿੱਧੂ ਜਿੱਡੇ ਜਿੱਡੇ ਪੰਗੇ ਤਾਂ ਲੈ ਸਿੱਧੂ ਦਾ ਤਾਂ ਜਿੱਡਾ ਰੌਲਾ ਸੀ ਸਿੱਧੂ ਕੋਈ ਡਰਦਾ ਨੀ ਸੀ ਤੇਰੇ ਵਾਂਗੂ ਤੂੰ ਤਾਂ ਬੇਸਮੈਂਟਾਂ ਚ ਲੁਕ ਜਾਂਦਾ ਸੀ ਕਹਿੰਦੇ ਉਹ ਯਾਰ ਇਹ ਜਦੋਂ ਚੀਜ਼ਾਂ ਪਤਾ ਲੱਗਦੀਆਂ ਲੋਕਾਂ ਦੇ ਪੈਸੇ ਮੈਂ ਸੁਣਿਆ ਇਹਦੇ ਪਿੱਛੇ ਕੋਈ ਇਹਨਾਂ ਨੇ ਕੋਈ ਉਦੋਂ ਜਦੋਂ ਚੱਲਿਆ ਇਹਨਾਂ ਦਾ ਕੋਈ ਰੌਲਾ ਰੂਲਾ ਉਦੋਂ ਇਹਦੇ ਪਿੱਛੇ ਬੰਦੇ ਹੁੰਦੇ ਪਏ ਕਹਿੰਦੇ ਇਹ ਲੁਕ ਗਿਆ ਜਾ ਕੇ ਬੇਸਮੈਂਟਾਂ ਚ ਕਦੇ ਕਿਤੇ ਕਦੇ ਕਿਤੇ ਉਹੀ ਬਸ ਯਾਰ ਉਹੀ ਆ ਉਦੋਂ ਪਹਿਲਾਂ ਇੱਲੀ ਆ ਵਿੱਚ ਕਿਹਨੇ ਕਿਹਾ ਇੱਲੀ ਨਹੀਂ ਉਹ ਯਾਰ ਉਹਨੇ ਕੀ ਖੱਟ
माफी मंग लो हो जाता भरावा क्यों मंग ला माफी नू क्यों कलाकार कुट के ऐदां नू इही लगदा चीज भी यार वो है नहीं जेड़ी चीज मर्जी कह दो चल ही जानी है। बहुत सानू सारिया गल पता सारिया ना सी तो सानू बहुत हद तक पता पता नहीं पता नहीं पर सानू पता जेड़ी मेन गल थोड़े नाल असीं बड़ा कुछ ना थोड़े नाल वीडियो वीडियो खेड के राजी ना असीं लाइव होके राजी ना थोड़े ते बड़ा कोई गाना करके राजी हाँ ठीक है तुहानू तां ऐतकी लाइव वाला काम कर बाकी भी जेडे होर ने जेडे बंदे नूं भी कोई सिस्टम आपां उही गल कहने आ भी फालतू बकवास बाजी करन दी लोड़ नहीं साडे नंबर थोड़े होर चीजां थोड़े कोले हैगीआं नहीं तां कोई ज्यादा दिक्कत वाला सिस्टम है नहीं गा सही गल ਇਹਨਾਂ ਨੂੰ ਇਹੀ ਚੀਜ਼ ਹੁੰਦੀ ਆ ਨਾ ਵੀ ਯਾਰ ਉਹ ਗਿਆ ਸਿੱਧੂ ਬਾਰੇ ਜਿਹੜਾ ਕੋਈ ਮਰਜ਼ੀ ਬੋਲੀ ਚਲੋ ਇਹਨਾਂ ਨੂੰ ਕਿਹੜਾ ਕੋਈ ਪਤਾ ਕਿਸੇ ਨੂੰ ਕਿਹੜੀ ਕਿਵੇਂ ਹੋਈ ਯਾਰ ਇਹੀ ਗੱਲ ਰਿਕਾਰਡਿੰਗਾਂ ਦੀ ਜਾਂ ਹੋਰ ਚੀਜ਼ਾਂ ਦੀ ਸਾਡੇ ਕੋਲੇ ਇਹਨਾਂ ਨੂੰ ਆਏ ਆ ਨਾ ਇਹਨਾਂ ਨੂੰ ਪਤਾ ਕੀ ਆ ਵੀ ਜਿਹੜੇ ਫੋਟੋ ਵੀਡੀਓ ਸਿੱਧੂ ਨਾਲ ਹੁੰਦੇ ਸੀ ਵੀ ਉਹ ਤਾਂ ਕੋਈ ਬੋਲਦੇ ਨੀ ਇਹ ਆਪਣੀਆਂ ਕੋਈ ਮੈਂ ਤਾਂ ਯਾਰ ਤੈਨੂੰ ਪਤਾ ਮੇਰੀਆਂ ਤਾਂ ਮੈਂ ਉੱਤੇ ਰਿਹਾ ਮੈਂ ਤਾਂ ਕਦੇ ਫੋਟੋ ਵੀਡੀਓ ਵਾਲੇ ਤੋਂ ਵੀ ਪਤਾ ਨੀ ਭਜਦਾ ਹੁੰਦਾ ਜੇ ਕੋਈ ਆਉਂਦੇ ਫੋਟੋ ਵਾਲੇ ਮੈਂ ਤਾਂ ਉਹਨਾਂ ਨੂੰ ਕਹਿੰਦਾ ਲੈ ਮੈਂ ਤੁਹਾਡੀਆਂ ਮੈਂ ਖਿੱਚ ਦਿੰਦਾ ਵੀ ਛੇਤੀ ਨਿਬੜੂ ਕੰਮ ਇਹਨਾਂ ਨੂੰ ਆਇਆ ਵੀ ਕੋਈ ਬੋਲਣ ਵਾਲਾ ਤਾਂ ਹੀ ਨਹੀਂ ਪਰ ਇਹ ਐਂ ਭੁੱਲ ਜਾਂਦੇ ਨੇ ਵੀ ਅਸੀਂ ਜੇ ਸਾਹਮਣੇ ਨਹੀਂ ਆਉਂਦੇ ਤਾਂ ਸਾਰਾ ਕੁਝ ਸਾਨੂੰ ਪਤਾ ਪਰ ਅਸੀਂ ਕਹਿੰਦੇ ਵੀ ਚੱਲ ਛੱਡ ਯਾਰ ਕੀ ਉਹ ਕਰਨਾ ਕਾਦੇ ਪਿੱਛੇ ਉਸੇ ਅਮਰਤ ਮਾਨ ਜਿੱਦਣ ਗਿਆ ਨਾ ਬਾਈ ਉਹਦਾ ਜਲੂਸ ਵੀ ਨਿਕਲੂ ਉਹਦੇ ਨਾਲੋਂ ਮੈਂ ਖੱਚ ਬੰਦਾ ਨਹੀਂ ਦੇਖਿਆ ਆ ਹੁਣ ਆਪਦੇ ਤੇ ਗੱਲ ਆਈ ਮਿੰਟ ਚ ਵੀਡੀਓ ਪਾਤੀ ਕਹਿੰਦਾ ਲੋਕ ਕਮੈਂਟ ਕਰੀ ਜਾਂਦੇ ਨੇ ਮੇਰੀ ਜਾਨ ਲੈਣੀ ਕਰੀ ਐਂ ਕਰੀ ਆ ਤੁਹਾਡੇ ਚ ਕਹਿੰਦਾ ਜਮੀਰ ਵੀ ਕਮੈਂਟ ਕਰੀ ਜਾਂਦੇ ਹੋ ਜਿਹੜਾ ਚੱਲਦਾ ਉਹਨੂੰ ਪਤਾ ਤੇਰੇ ਚ ਕਿੱਡਾ ਕਿ ਜਮੀਰ ਉੱਥੇ ਡਰਾਮੇ ਕਰ ਨੂੰ ਪਹੁੰਚ ਜਾਂਦਾ ਅੱਗੇ ਪਿੱਛੇ ਕਿਉਂਦੇ ਜੀ ਸਿੱਧੂ ਨੇ ਕਈ ਵਾਰੀ ਕਿਹਾ ਵੀ ਬਾਈ ਮੈਨੂੰ ਗੰਨਮੈਨ ਦਵਾ ਦੇ ਹੋਰ ਹਾਂ ਉਦੋਂ ਤੋਂ ਫੋਨ ਵੀ ਨਹੀਂ ਚੱਕਿਆ ਆਂਦੀ ਵੀ ਮੈਂ ਵਿੱਚੇ ਕਰ ਦੇਣਾ ਵੀ ਤੈਨੂੰ ਜਿਉਂਦੇ ਜੀ ਸਿੱਧੂ ਪਿੱਟ ਹਟਿਆ ਤੂੰ ਫੋਨ ਤੱਕ ਨਹੀਂ ਚੱਕਿਆ ਸਿੱਧੂ ਦਾ ਅੱਜ ਤੂੰ ਬੁੱਤ ਨੂੰ ਜੱਫੀਆਂ ਪਾ ਕੇ ਅਸੀਂ ਬੋਲਣਾ ਬਹੁਤ ਚਾਹੁੰਦੇ ਸਾਡੇ ਮੂੰਹ ਨਾ ਖਲਾਓ ਸਾਡਾ ਕੋਈ ਜੀ ਨਹੀਂ ਕਰਦਾ ਅਸੀਂ ਤੁਹਾਨੂੰ ਮਸ਼ਹੂਰ ਹੋਰ ਕਰੀਏ ਤਾਂ ਤੋ ਦੂਜੇ ਦਿਨ ਸਿੱਧੂ ਦਾ ਗੰਨਮੈਨ ਵਾਪਸ ਲੈ ਲਿਆ ਉਹਨੇ ਇਹਨੂੰ ਕਿਹਾ ਵੀ ਤੂੰ ਕਹਿ ਕੇ ਮੀਤ ਯਾਰ ਨੂੰ ਨੋਕ ਕਰਾ ਦੇ ਇਹਨੇ ਮੁੜ ਕੇ ਫੋਨ ਹੀ ਨਹੀਂ ਚੱਕਿਆ ਫੋਨ ਤੱਕ ਨੀ ਚੱਕਿਆ ਤੂੰ ਜਾ ਕੇ ਬੁੱਤ ਨੂੰ ਜੱਫੀਆਂ ਬਾਬਾ ਰੋਂਦਾ ਕਦੇ ਕੋਈ ਐਕਟਿੰਗ ਕਰਦਾ ਕਦੇ ਕੁਛ ਯਾਰ ਬੋਏ ਉਹੀ ਚੀਜ਼ ਕਹਿਣਾ ਨਾ ਇਹਨਾਂ ਨੇ ਜਿੰਨੀ ਬੁਲਸ਼ਿਟ ਕ੍ਰੀਏਟ ਕਰੀ ਆ ਨਾ ਇਹਨਾਂ ਨੇ ਆਹ ਇਹਨਾਂ ਤੇ ਖਿੱਚ ਤਾਂ ਆ ਨੇਤ ਨੇਤ ਆ ਹੁਣ ਵੀ ਪਿੱਛੇ ਆਸਟ੍ਰੇਲੀਆ ਆ ਕੇ ਗਿਆ ਉਹਦੇ ਬਾਰੇ ਬਕਵਾਸ ਕਰਦਾ ਗਿਆ ਤੇ ਇਹ ਬਣ ਜੂ ਉਹ ਸਾਡਾ ਭਾਈ ਸਾਡਾ ਐ ਸਾਡਾ ਫਲਾਣਾ ਇਹਨਾਂ ਨੂੰ ਤਾਂ ਹੀ ਮੈਂ ਕਹਿਣਾ ਜਿੰਨੇ ਉਹਦੇ ਨਾਂ ਤੇ ਪੇਜ ਪੂਜ ਚਲਾਉਂਦੇ ਨੇ ਨਾ ਨੇਤ ਦਾ ਕੋਈ ਗਾਣਾ ਲਾਇਆ ਕਰੋ ਨਾ ਕਿਸੇ ਹੋਰ ਲੂੰਡਰ ਦਾ ਬਾਕੀ ਨੰਬਰ ਐਂਡ ਤੇ ਮੈਂ ਫੇਰ ਉਹੀ ਗੱਲ ਕਹਿਣਾ ਬਈ ਇੰਡੀਆ ਬਹੁਤ ਬੁਰਾ ਹਾਲ ਆ ਲੋਕਾਂ ਦਾ ਅਸੀਂ ਬਾਈ ਹੋਰ ਵੀ ਹੈਲਪ ਕਰੀ ਜਾਂਦੇ ਉੱਥੇ ਭੇਜ ਕੇ ਨਾ ਸਾਰੇ ਬੰਦੇ ਆਪਦਾ ਬਾਈ ਜਿੰਨਾ ਕੁ ਹੋ ਰਿਹਾ ਸਾਰੇ ਕਰੋ ਮੈਨੂੰ ਅੱਜ ਪਤਾ ਲੱਗਿਆ ਕਹਿੰਦੇ ਵੀ ਬਲਾਡੇ ਦੇ ਵੀ ਕਈ ਪਿੰਡਾਂ ਚ ਆ ਗਿਆ ਮਾਨਸਾ ਉੱਧਰ ਬਲਾਡੇ ਦੇ ਕਈ ਪਿੰਡਾਂ ਚ ਆ ਗਿਆ ਉੱਥੇ ਵੀ ਬਾਈ ਪਹੁੰਚੋ ਭੇਜਿਆ ਜਿੰਨੀ ਸਾਡੀ ਲੋੜ ਆ ਬਾਈ ਸਾਨੂੰ ਕੰਟੈਕਟ ਕਰੋ ਕੋਈ ਵੀ ਕਿਸੇ ਨੂੰ ਉੱਥੇ ਸਾਨੂੰ ਦੱਸੋ ਵੀ ਕਿੱਥੇ ਲੋੜ ਆ ਆਪਾਂ ਉੱਥੇ ਸਾਰਾ ਜਿੰਨਾ ਵੀ ਹੋਊਗਾ ਬਾਈ ਆਪਾਂ ਸਰਦਾ ਵਰਦਾ ਸਾਰੇ ਕਰਾਂਗੇ ਬਿਲਕੁਲ